ਪੰਜਾਬ ਇਸ ਸਮੇਂ ਜਿਹੜਾ ਬਿਜਲੀ ਸੰਕਟ ਦੇ ਵਿੱਚ ਘਿਰਿਆ ਹੋਇਆ ਹੈਗਾ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਥਰਮਲ ਪਲੈਂਟ ਨੇ ਉਹਨਾਂ ਦੇ ਵਿੱਚ ਆਉਣ ਵਾਲੇ 2 ਤੋਂ 3 ਦਿਨਾਂ ਤੱਕ ਦਾ ਹੀ ਕੋਲਾ ਬਚਿਆਗਾ ਪਰ ਅੱਜ ਤੁਹਾਨੂੰ ਤਸਵੀਰਾਂ ਉਹ ਦਿਖਾਉਂਦੇ ਆ ਕਿ ਜਿਹੜੇ ਸਮੇਂ ਦੇ ਵਿੱਚ ਥਰਮਲ ਪਲੈਂਟ ਨਹੀਂ ਹੁੰਦੇ ਸੀਗੇ ਉਦੋਂ ਬਿਜਲੀ ਕਿਵੇਂ ਬਣਦੀ ਸੀ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਹਾਈਡਰੋ ਪਲੈਂਟ ਹੈਗਾ ਇੱਕ ਜਿਹੜਾ ਵਿਕਰਮੀ ਸੰਮਤ 1967 ਦੇ ਵਿੱਚ ਬਣਾਇਆ ਗਿਆ ਸੀਗਾ ਅੰਗਰੇਜ਼ਾਂ ਵੱਲੋਂ ਇਹ ਬਣਾਇਆ ਗਿਆ ਸੀਗਾ ਜਿੱਥੋਂ ਕੀ ਨਹਿਰ ਦੇ ਉੱਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਉੱਪਰ ਇਹ ਪ੍ਰੋਜੈਕਟ ਲੱਗਿਆ ਹੋਇਆ ਹੈਗਾ ਨਦਾਮਪੁਰ ਪਿੰਡ ਹੈਗਾ ਇਹ ਵੀ ਕਿਹਾ ਜਾਂਦਾ ਹੈਗਾ ਕਿ ਇੱਥੋਂ ਜਿਹੜਾ ਪੂਰੇ ਪਟਿਆਲੇ ਨੂੰ ਪੂਰੇ ਪਟਿਆਲੇ ਨੂੰ ਇੱਥੋਂ ਬਿਜਲੀ ਸਪਲਾਈ ਹੁੰਦੀ ਸੀਗੀ ਤੇ ਇਸ ਦੇ ਇਸ ਦੀ ਉਮਰ ਲੰਘਣ ਤੋਂ ਬਾਅਦ ਤੋਂ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਜਿਹੜਾ ਮਿਨੀ ਹਾਈਡਰੋ ਪਲਾਂਟ ਇੱਥੇ ਲਗਾਇਆ ਗਿਆ ਹੈਗਾ ਜਿੱਥੋਂ ਕੀ ਹੁਣ ਬਿਜਲੀ ਪੈਦਾ ਹੁੰਦੀ ਹੈ ਤੇ ਨੇੜੇ ਤੇੜੇ ਜਿਹੜੇ ਗ੍ਰੈਡ ਨੇ ਉਹਨਾਂ ਨੂੰ ਜਾਣਦੀ ਹੈ ਤੇ ਉਸ ਤੋਂ ਬਾਅਦ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਇਹ ਭਾਰ ਸਰਕਾਰ ਦੁਆਰਾ ਜਿਹੜਾ ਪ੍ਰੋਜੈਕਟ ਹੈਗਾ ਇੱਥੇ ਲਗਾਇਆ ਗਿਆ ਸੀਗਾ ਜਿੱਥੋਂ ਕਿ ਇਸ ਸਮੇਂ ਬਿਜਲੀ ਪੈਦਾ ਹੁੰਦੀ ਹੈਗੀ ਇੱਥੇ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰ ਲੈਣੇ ਆਂ ਫਿਰ ਜੀ ਕੀ ਨਾਮ ਹੈ ਆਪਣਾ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਕਿੰਨੀ ਬਿਜਲੀ ਹੈ ਜਿਹੜੀ ਇੱਥੋਂ ਰੋਜ਼ਾਨਾ ਪੈਦਾ ਹੁੰਦੀ ਹੈ ਇੱਥੋਂ ਡੇਲੀ 10-12000 ਦੇ ਲਗਭਗ ਯੂਨਟ ਤਿਆਰ ਹੁੰਦੀ ਹੈ ਜੀ ਜਿਹੜੀ ਉਹ ਬਿਜਲੀ ਪੈਦਾ ਹੁੰਦੀ ਹੈ ਕਿਸ ਕਿਹੜੇ ਢੰਗ ਨਾਲ ਅਗੇ ਸਰਪਲਸ ਹੁੰਦੀ ਹੈ ਹਾਂਜੀ ਉਹ ਇਥੇ 415 ਤੋਂ 11 ਕੇਵੀ ਕਰਕੇ ਗ੍ਰਿਡ ਨੂੰ ਟ੍ਰਾਂਸਫਰ ਕਰ ਦਿੰਦੇ ਆ ਜੀ ਉਸ ਤੋਂ ਬਾਅਦ ਉਹ ਅੱਗੇ ਡਿਵਾਈਡ ਕਰਕੇ ਜਿੱਥੇ ਵੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਜਿਹੜੀ ਸਾਈਡ ਚਾਹੇ ਮਾਲ ਨੂੰ ਮੋਟਰਾਂ ਨੂੰ ਭੇਜਣੀਆਂ ਜਾਂ ਫਿਰ ਘਰਾਂ ਨੂੰ ਦੇਣੀਆਂ 24 ਆਵਰਸ ਦੇਣੀਆਂ ਆ ਉਹਨੂੰ ਡਿਵਾਈਡ ਕਰ ਦਿੰਦੇ ਨੇ ਜੇ ਅੱਜਕੱਲ ਗੱਲ ਕਰੀਏ ਜਿਵੇਂ ਕੋਲੇ ਦਾ ਸੰਕਟ ਹੈਗਾ ਵੱਡੇ ਵੱਡੇ ਘਟ ਲੱਗ ਰਹੇ ਨੇ ਤਾਂ ਇਸ ਇਲਾਕੇ ਦੇ ਵਿੱਚ ਅਸੀਂ ਦੇਖਿਆਗਾ ਕਿ ਮਿੰਨੀ ਹਾਈਡਰੋ ਪਲਾਂਟ ਲੱਗੇ ਹੋਏ ਨੇਗੇ ਸੋਲਰ ਪੈਨਲ ਲੱਗੇ ਹੋਏ ਨੇ ਜਿਹੜੇ ਇਸ ਨਹਿਰ ਦੇ ਉੱਪਰ ਸੋਲਰ ਪ੍ਰੋਜੈਕਟ ਲੱਗੇ ਹੋਏ ਨੇ ਤਾਂ ਇਸ ਸੰਕਟ ਦੇ ਵਿੱਚ ਕਿੰਨੇ ਪਿੰਡਾਂ ਨੂੰ ਜਿਹੜੇ ਪਲਾਂਟ ਨੇ ਬਿਜਲੀ ਸਪਲਾਈ ਕਰ ਸਕਦੇ ਨੇ ਪਿੰਡਾਂ ਨੂੰ ਨਾਂ ਜੋੜ ਕੇ ਆਪਾਂ ਘਰਾਂ ਤੇ ਡਿਵਾਈਡ ਕਰੀਏ ਜੀ ਮੰਨ ਲਓ ਇੱਥੇੋਂ 400 ਕਿਲੋਵਾਟ ਚੱਲ ਰਿਹਾ ਜੀ ਤੇ 800 ਘਰ ਨੂੰ ਆਰਾਮ ਨਾਲ ਇੱਥੋਂ ਬਿਜਲੀ ਦੇ ਸਕਦੇ ਆ ਤੇ ਬਾਕੀ ਜੇ ਗੱਲ ਕਰੀਏ ਪਾਣੀ ਦੀ ਤੇ ਪਾਣੀ ਹੁਣ ਡਿਸਚਾਰਜ ਇਸ ਟਾਈਮ ਸਾਡੇ ਕੋਲ 800 ਕਿਊਸਕਾ ਜੀ ਜੇ ਸਾਨੂੰ 4-500 ਕਿਊਸਕ ਡਿਸਚਾਰਜ ਹੋਰ ਮਿਲਦਾ ਡਾਊਨ ਦੇ ਵਿੱਚ ਜੋ ਕਿਸਾਨ ਭਰਾ ਨੇ ਉਹ ਪਾਣੀ ਦੀ ਡਿਮਾਂਡ ਕਰਦੇ ਨੇ ਸਾਡੇ ਕੋਲ 1100 ਕਿਊਸਕ ਡਿਸਚਾਰਜ ਹੋ ਜਾਂਦਾ ਤਾਂ ਅਸੀਂ ਇੱਥੇ 700 ਕਿਲੋਵਟ ਲੋਡ ਚਲਾ ਸਕਦੇ ਹਾਂ ਜੀ ਤਾਂ ਮੰਨ ਲਓ ਵੀ ਜਿਵੇਂ ਪਿੱਛੋਂ ਨਹਿਰ ਦੇ ਵਿੱਚੋਂ ਪਾਣੀ ਹੋਰ ਜ਼ਿਆਦਾ ਵੱਧਾ ਹੈਗਾ ਤਾਂ ਜਿਹੜੀ ਬਿਜਲੀ ਦੀ ਸਮਰੱਥਾ ਹੈਗੀ ਵੱਧ ਮਤਲਬ ਹੋਰ ਵੀ ਵੱਧ ਪੈਦਾ ਕਰ ਸਕਦੇ ਹਾਂ ਹਾਂਜੀ ਉਹ ਹੋਰ ਵੀ ਸਮਰੱਥਾ ਵੱਧ ਹੋ ਸਕਦੀ ਹੈ ਜੀ ਫਿਰ ਮੰਨ ਲਓ 700 ਕਿਲੋਵਾਟ ਚਲਾ ਸਕਦੇ ਹਾਂ 600 ਕਿਲੋਵਾਟ ਚਲਾ ਸਕਦੇ ਹਾਂ ਜੀ ਜਿਵੇਂ ਤੁਹਾਡੀ ਜਿਹੜੀ ਅੰਦਰ ਅਸੀਂ ਦੇਖਿਆ ਇੱਕ ਟਰਬਾਈਨ ਚੱਲ ਰਹੀ ਹੈ ਇਸ ਸਮੇਂ ਦੂਜੀ ਉਹਦਾ ਕਾਰਨ ਇਹੀ ਹੈ ਵੀ ਜਿਹੜਾ ਪਾਣੀ ਆ ਉਹਦੀ ਸਮਰੱਥਾ ਘਟਿਆ ਜਾ ਉਹ ਨਹਿਰ ਦੇ ਵਿੱਚ ਪਾਣੀ ਆ ਰਿਹਾ ਹਾਂ ਜੀ ਬਿਲਕੁਲ ਜੀ ਇਹ ਪਾਣੀ ਡਿਮਾਂਡ ਦੇ ਹਿਸਾਬ ਨਾਲ ਆਉਂਦਾ ਜੀ ਹੁਣ ਜੋ ਖੇਤਾਂ ਦੇ ਵਿੱਚ ਅੱਗੇ ਡਿਮਾਂਡ ਆ ਉਹ ਹਿਸਾਬ ਨਾਲ ਪਿੱਛੋਂ ਪਾਣੀ ਪਾਉਂਦੇ ਨੇ ਜੀ ਹੁਣ ਸਾਡੇ ਲਈ 800 ਕਿਯੂਸਕ ਚੱਲਦਾ 1300 ਕਿਯੂਸਕ ਦੀ ਕਨਾਲ ਆ ਜੀ ਇਹ ਜੇ ਸਾਡੇ ਕੋਲੇ ਮੰਨ ਲਓ ਹੁਣ ਡਿਮਾਂਡ ਜ਼ਿਆਦਾ ਹੋ ਜੇ 1300 ਕਿਯੂਸਕ ਹੋ ਜੇ ਤਾਂ ਅਸੀਂ ਇਹ ਸਰਕਾਰ ਦੁਆਰਾ ਲਗਾਇਆ ਗਿਆ ਸਰਕਾਰ ਦੇ ਅੰਡਰ ਆਉਂਦਾ ਹੈ ਜੀ ਹਾਂਜੀ ਸਰਕਾਰ ਦੇ ਅੰਡਰ ਆਉਂਦਾ ਹੈ ਪੀਐਸਪੀਸੀਐਲ ਦਾ ਪ੍ਰੋਜੈਕਟ ਹੈ ਜੀ ਅ ਵਟ ਹੁਣ ਇਹਨੂੰ ਪੋਲੀਪਲੈਕਸ ਹਾਈਡਰੋ ਕਾਰਪੋਰੇਸ਼ਨ ਚਲਾ ਰਹੀ ਹੈ ਜੀ 2017 ਦੇ ਵਿੱਚ ਇਹ ਜੁਆਇਨ ਕੀਤਾ ਜੀ ਕਿਵੇਂ ਦੇਖਦੇ ਹੋਗੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੰਕਟ ਹੈਗਾ ਉਹ ਵੱਧਦਾ ਜਾ ਰਿਹਾ ਜੇ ਇਹੋ ਜਿਹੀ ਪਾਵਰ ਪਲਾਂਟ ਜਿਹੜੇ ਹਾਈਡਰੋ ਪਾਵਰ ਪਲਾਂਟ ਨਹਿਰਾਂ ਦੇ ਉੱਪਰ ਲਗਾਏ ਜਾਣ ਤਾਂ ਜਿਹੜੇ ਨੇੜੇ ਤੇੜੇ ਦੇ ਪਿੰਡਾਂ ਨੇ ਜਿਵੇਂ ਦੱਸਿਆ ਗਿਆ ਹੈਗਾ ਕਿ ਪਹਿਲਾਂ ਜਿਹੜਾ ਅੰਗਰੇਜ਼ਾਂ ਵੱਲੇ ਲਗਾਇਆ ਗਿਆ ਸੀਗਾ ਹਾਈਡਰੋ ਪਲਾਂਟ ਤਾਂ ਪੂਰੇ ਪਟਿਆਲੇ ਨੂੰ ਇੱਥੋਂ ਬਿਜਲੀ ਜਾਂਦੀ ਸੀਗੀ ਇਹਦੇ ਨਾਲ ਤੁਹਾਨੂੰ ਕਿਵੇਂ ਲੱਗਦਾ ਕਿ ਜਿਹੜਾ ਸੰਕਟ ਹੈਗਾ ਉਹ ਕਿਸੇ ਪਾਸੇ ਹੱਲ ਨਹੀਂ ਹੁੰਦਾ ਦਿਖੂਗਾ ਇਹਦੇ ਨਾਲ ਸੰਕਟ ਹੱਲ ਹੋ ਸਕਦਾ ਹੈ ਜੀ ਜੇ ਹਾਈਡਰੋ ਪਲਾਂਟ ਲਗਾਏ ਜਾਣ ਕਿਉਂਕਿ ਇਹਦਾ ਜਿਹੜਾ ਹੁਣ ਸੋਲਰ ਪਲਾਂਟ ਹੈ ਜੀ ਉਹ ਆਪਣਾ 12 ਘੰਟੇ ਚੱਲੂਗਾ ਜੀ ਜਿੰਨਾ ਟਾਈਮ ਆਪਣੀ ਸੂਰਜੀ ਦੀ ਰੋਸ਼ਨੀ ਰਹੂਗੀ ਜੀ ਇਹਦਾ ਬੈਕਅਪ ਜਿਆਦਾ ਹੁੰਦਾ ਜੀ 24 ਆਵਰਸ ਚੱਲਦਾ ਜੀ ਜੇ ਖੇਤਾਂ ਨੂੰ ਆਪਾਂ ਮੋਟਰਾਂ ਦੀ ਜਗ੍ਹਾ ਤੇ ਨਹਿਰਾਂ ਦਾ ਪਾਣੀ ਵਰਤ ਕੇ ਇਹ ਵਰਤੀਏ ਤਾਂ ਇਹ ਰੈਗੂਲਰ ਚੱਲ ਸਕਦਾ ਜੀ ਵੱਧ ਤੋਂ ਵੱਧ ਬਿਜਲੀ ਤਿਆਰ ਕਰ ਸਕਦਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਾਈਡਰੋ ਪਲਾਂਟ ਹੈਗਾ ਇਹ ਪਾਣੀ ਦੇ ਸਿਰ ਤੇ ਚੱਲਦਾ ਹੈਗਾ ਇਹ ਤੇ ਕਿਸੇ ਵੀ ਚੀਜ਼ ਦੀ ਹੋਰ ਕੋਸਟ ਨਹੀਂ ਆਉਂਦੀ ਤੇ ਸੋਲਰ ਪੈਨਲ ਦੀ ਗੱਲ ਕਰੀ ਤਾਂ ਉਹ ਰਾਤ ਦੇ ਸਮੇਂ ਬੰਦ ਹੋ ਜਾਂਦਾ ਇਹ ਵੀ ਇਹਨਾਂ ਦਾ ਕਹਿਣਾ ਹੈਗਾ ਇਹ ਦਿਨ ਰਾਤ ਚੱਲਦਾ ਹੈਗਾ ਤੋ ਅੱਜ ਗੱਲ ਕਰੀ ਜਾਵੇ ਜਿਹੜੇ ਹਿਸਾਬ ਨਾਲ ਲਗਾਤਾਰ ਜਿਹੜੀ ਕੋਲੇ ਦੀ ਕਮੀ ਹੈਗੀ ਉਹ ਲਗਾਤਾਰ ਹੋ ਰਹੀ ਹੈ ਕੁਦਰਤੀ ਸਰੋਤ ਨੇ ਜਿਹੜੇ ਖਤਮ ਹੋ ਰਹੇ ਨੇ ਤਾਂ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹੋ ਜਿਹੇ ਜਿਹੜੇ ਪਣ ਬਿਜਲੀ ਪ੍ਰੋਜੈਕਟ ਨੇਗੇ ਜਾਂ ਹਾਈਡਰੋ ਪ੍ਰੋਜੈਕਟ ਨੇਗੇ ਇਹਨਾਂ ਵੱਲ ਅੱਜ ਦੇ ਸਮੇਂ ਸਰਕਾਰ ਨੂੰ ਵਧਣ ਦੀ ਲੋੜ ਹੈਗੀ ਸੋ ਹੁਣ ਦੇਖਿਆਗਾ ਕਿ ਇੱਥੋਂ ਇਹਨਾਂ ਦਾ ਕਹਿਣਾਗਾ ਕਿ ਜਿਹੜੇ ਵੱਡੀ ਗਿਣਤੀ ਜਿਹੜੇ ਨੇੜੇ-ਤੇੜੇ ਦੇ ਪਿੰਡ ਨੇਗੇ ਉਹਨਾਂ ਤੱਕ ਜਿਹੜੀ ਬਿਜਲੀ ਇੱਥੋਂ ਸਪਲਾਈ ਹੁੰਦੀ ਹੈ ਗ੍ਰੈਡਾਂ ਨੂੰ ਜਾਂਦੀ ਹੈ ਜਾਂ ਖੇਤਾਂ ਵਾਲੇ ਜਿਹੜੇ ਮੋਟਰਾਂ ਨੇ ਉਹਨਾਂ ਨੂੰ ਸਪਲਾਈ ਹੁੰਦੀ ਹੈਗੀ